ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਹੋਈ ਆਯੋਜਿਤ। ਸਾਬਕਾ ਵਿਧਾਇਕ ਡਾਕਟਰ ਮਹਿੰਦਰ ਰਿਨਵਾ ਵੀ ਪਹੁੰਚੇ। ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਸ਼ੈਲਰ ਮਾਲਕਾਂ ਤੋਂ ਲਏ ਜਾਣ ਵਾਲੇ ਬਕਾਏ ਸੰਬੰਧੀ ਚਰਚਾ ਕੀਤੀ ਗਈ। ਇਸ ਮੌਕੇ ਤੇ ਪੂਰਵ ਵਿਧਾਇਕ ਡਾਕਟਰ ਮਹਿੰਦਰ ਕੁਮਾਰ ਰਿਨਵਾ ਵੀ ਪਹੁੰਚੇ, ਜਿਨ੍ਹਾਂ ਵੱਲੋਂ ਆੜ੍ਹਤੀਆਂ ਨੂੰ ਸੰਬੋਧਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿਦੇਵਾ ਨੇ ਦੱਸਿਆ ਕਿ ਉਹਨਾਂ ਵੱਲੋਂ 7-8 ਸ਼ੈਲਰ ਮਾਲਕਾਂ ਵੱਲੋਂ ਪੈਸੇ ਲੈਣੇ ਹੈ, ਜਿਸ ਦੇ ਚਲਦਿਆਂ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਆੜ੍ਹਤੀਆਂ ਦੇ ਭੁਗਤਾਨ ਸ਼ੈਲਰ ਮਾਲਕਾਂ ਵੱਲੋਂ ਨਹੀਂ ਕੀਤੇ ਜਾ ਰਹੇ, ਜਿਸ ਦੇ ਚਲਦਿਆਂ ਉਹਨਾਂ ਦੇ ਵਿੱਚ ਰੋਸ ਪਾਇਆ ਗਿਆ। ਉਹਨਾਂ ਨੇ ਕਿਹਾ ਕਿ ਬੀਤੇ ਦਿਨ ਇੱਕ ਸ਼ੈਲਰ ਮਾਲਕ ਦੇ ਘਰ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਸੀ, ਅਗਰ ਜ਼ਰੂਰਤ ਪਈ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਦੇ ਬਾਹਰ ਵੀ ਧਰਨੇ ਦਿੱਤੇ ਜਾਣਗੇ। ਵਿਸ਼ੇਸ਼ ਮੁੱਦਾ ਤਾਂ ਇਹਦੇ ਅੰਦਰ ਕਾਫੀ ਕਈ ਬੰਦੇ ਨੇ 7-8 ਜਿਹਨਾਂ ਨੇ ਸਾਰੇ ਆੜ੍ਹਤੀ ਭਰਾਵਾਂ ਦੇ ਪੈਸੇ ਦੇਣੇ ਜੀ, ਉਹ ਰਾਜਨੀਤਿਕ ਸੰਰਕਸ਼ਣ ਆਪਣੇ ਆਪ 'ਚ ਲੈ ਰਹੇ ਨੇ ਜੀ। ਸੋ ਉਹਨਾਂ ਦਾ ਗੱਲਾਂ ਦਾ ਸੰਸ਼ਾ ਦੂਰ ਕਰਨ ਵਾਸਤੇ ਮੈਂ ਵੀ ਮੈਂਬਰ ਹਾਂ ਆੜ੍ਹਤੀ ਐਸੋਸੀਏਸ਼ਨ ਦਾ ਜੀ। ਸੋ ਮੇਰੀ ਪ੍ਰਧਾਨ ਜੀ ਨਾਲ ਅੱਜ ਤੋਂ 5-4 ਦਿਨ ਪਹਿਲਾਂ ਗੱਲ ਹੋਈ ਸੀ, ਔਰ ਇਹਨਾਂ ਨੇ ਆਲਰੇਡੀ ਪ੍ਰੋਗਰਾਮ ਲਿਖਿਆ ਹੋਇਆ ਸੀ, ਉਹਦੇ ਸੰਬੰਧ 'ਚ ਕੱਲ੍ਹ ਮੀਟਿੰਗ ਵੀ ਬੁਲਾਈ, ਕੱਲ੍ਹ ਉਹਨਾਂ ਦੇ ਘਰ ਦੇ ਅੱਗੇ ਵੀ ਇੱਕ ਸੰਕੇਤਿਕ ਧਰਨਾ ਵੀ ਦੇ ਕੇ ਆਇਆ। ਔਰ ਇਹਦੇ ਅੰਦਰ ਡਿਸਿਪਲਿਨ ਔਰ ਰੱਖਣਾ ਬੜਾ ਜ਼ਰੂਰੀ ਹੈ। ਅਤੇ ਜੇ ਸੋਚਾਂ ਵੀ ਮੈਂ ਤਾਂ ਪੈਸੇ ਲੈਣੇ ਨਹੀਂ, ਮੈਂ ਕੀ ਲੈਣਾ, ਮੈਨੂੰ ਕੰਮ ਹੋ ਗਿਆ, ਮੇਰੇ ਨਾਲ ਦਾ ਲਿਹਾਜ਼ ਹੈ, ਇਹਦਾ ਰਾਜਨੀਤੀਕਰਨ ਬਿਲਕੁਲ ਨਹੀਂ ਹੋਣ ਦੇਣਾ। ਇਹਦੇ ਸੰਸਥਾ ਦੇ ਜਿਹੜੇ ਮੈਂਬਰ ਨੇ, ਚਾਹੇ ਅਹੁਦੇਦਾਰ ਨੇ, ਚਾਹੇ ਉਹ ਲਾਈਨ ਵਾਲੇ ਨੇ, ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਜੋ ਵੀ ਇਹਨਾਂ ਦੀ ਸਮੱਸਿਆ ਹੈ ਉਸ ਨੂੰ ਜਿੱਚਣ ਵਾਸਤੇ, ਚਾਹੇ ਉਹ ਪ੍ਰਸ਼ਾਸਨ ਕੋਲ ਜਾਣ, ਪੁਲਿਸ ਕੋਲ ਜਾਣ, ਆਪਣੇ ਲੈਵਲ 'ਤੇ ਕਰਨ, ਮੈਂ ਇਹਨਾਂ ਨੂੰ ਇਹੀ ਗੱਲਾਂ ਵਾਸਤੇ ਅੱਜ ਇਹਨਾਂ ਨਾਲ ਰੂਬਰੂ ਹੋਣ ਵਾਸਤੇ ਆਇਆ ਸੀਗਾ। ਪਰ ਮੈਨੂੰ ਲੱਗਦਾ ਵੀ ਸਾਰੇ ਮੈਂਬਰ ਜਿਹੜੇ ਬੜੇ ਹੌਸਲੇ 'ਚ ਨੇ, ਔਰ ਆਉਣ ਵਾਲੇ ਸਮੇਂ ਦੇ ਅੰਦਰ ਜੋ ਵੀ ਰੂਪ ਰੇਖਾ ਇਹ ਬਣਾਉਣਗੇ, ਮੈਂ ਇਹਨਾਂ ਦੇ। ਡਾਕਟਰ ਸਾਹਿਬ, ਧਰਨਿਆਂ ਦੇ ਨਾਲ ਲੱਗਦਾ ਕਿ ਜਿਹੜੀਆਂ ਲੋਕਾਂ ਦੇ ਕੋਲੋਂ ਪੈਸੇ ਲੈਣੇ ਨੇ ਉਹ ਮਿਲ ਸਕਦੇ ਨੇ, ਲੱਗਦਾ ਉਮੀਦ ਹੈ? ਸੋ ਲੋਕ ਜੀ, ਜਿਹੜੀ ਡੈਮੋਕਰੇਸੀ ਹੈ ਨਾ ਜੀ, ਡੈਮੋਕਰੇਸੀ ਦੀ ਜੀ ਸਭ ਤੋਂ ਵੱਡੀ ਜਦ ਹੈ ਮੈਜੋਰਟੀ ਇਜ਼ ਅਥਾਰਿਟੀ। ਜੇ ਮੈਜੋਰਟੀ 'ਚ ਹੈਗੇ ਹਾਂ ਤਾਂ ਸਾਡੀ ਅਥਾਰਿਟੀ ਹੈ ਜੀ, ਜੇ ਅਸੀਂ ਹਾਂ ਹੀ ਮੈਜੋਰਟੀ 'ਚ ਨਹੀਂ ਤਾਂ ਸਾਡੀ ਅਥਾਰਿਟੀ ਕੋਲ ਮੰਨੂਗਾ, ਠੀਕ ਹੈ ਕਿ ਨਹੀਂ? ਸੋ ਐਸੀ ਗੱਲ ਨਹੀਂ, ਉਹਦੀ ਕਾਨੂੰਨੀ ਢੰਗ ਵੀ ਹੈਗੇ। ਪਹਿਲਾਂ ਤਾਂ ਜੇ ਸਿੱਧੀ ਗੋਲੀ ਨਾਲ ਚੋਣ ਨਿਕਲਿਆ ਜ਼ਰੂਰੀ ਟੇਢੀ ਕਰਨੀ ਹੈ, ਨਾ ਭਰਨੀ ਪਵੇ ਉਹ ਵੀ ਕਰ ਲਓ। ਕਹਿ ਸਕਦੇ ਵੀ ਆਉਣ ਵਾਲੇ ਦਿਨਾਂ 'ਚ ਜੇ ਪੈਸੇ ਨਾ ਮਿਲੇ ਤਾਂ ਸੰਘਰਸ਼ ਤਿੱਖਾ ਹੋ ਸਕਦਾ? ਸੰਘਰਸ਼ ਨਹੀਂ, ਪੈਸੇ ਲਵਾਂਗੇ, ਪੈਸੇ ਜੁੱਤੀ ਨਾਲ ਲਵਾਂਗੇ, ਜੁੱਤੀ ਨਾਲ ਜਿੱਤ ਗਏ ਜੀ, ਵੀ ਉਹ ਘਰੋਂ ਭੱਜ ਗਏ ਨੇ, ਘਰੇ ਤਾਲਾ ਮਾਰ ਕੇ ਅਤੇ ਰਿਸ਼ਤੇਦਾਰਾਂ ਦੇ ਘਰੇ ਬੈਠੇ ਨੇ ਜੀ। ਅਸੀਂ ਅੱਜ ਦਾ ਦਿਨ ਵੇਟ ਕਰਨੇ ਆ, ਸਵੇਰੇ ਅਸੀਂ ਸਾਡਾ ਅਸੀਂ ਸਾਰਾ ਪ੍ਰੋਗਰਾਮ ਉਲੀਕਾਂਗੇ ਜੀ। ਜੇ ਸਾਨੂੰ ਇਹ ਮਹਿਸੂਸ ਹੋਇਆ ਵੀ ਉੱਧਰ ਹੀ ਬੈਠੇ ਨੇ ਜੀ, ਤਾਂ ਅਸੀਂ ਉੱਧਰ ਵੀ ਪਹੁੰਚ ਸਕਦੇ ਹਾਂ, ਕੋਈ ਜ਼ਰੂਰੀ ਨਹੀਂ ਹੈਗਾ ਵੀ ਰਿਸ਼ਤੇਦਾਰ ਸਾਨੂੰ ਉਗੜਨ, ਸਾਡੇ ਵੀ ਰਿਸ਼ਤੇਦਾਰ ਹੀ ਨੇ ਜੀ, ਸਾਨੂੰ ਵੀ ਜਾਣਦੇ ਨੇ ਕਿ ਕੋਈ ਤਾਲਮੇਲ ਦੀ ਕੋਸ਼ਿਸ਼ ਨਹੀਂ ਹੋਈ? ਤਾਲਮੇਲ ਦੀ ਕੋਸ਼ਿਸ਼ ਕਰਨਗੇ, ਆਪੇ ਕਰਨਗੇ, ਜੇ ਨਾ ਕਰਨਗੇ ਫਿਰ ਅਸੀਂ ਕਰਾਂਗੇ ਜੀ, ਤਾਲਮੇਲ ਤਾਂ ਕਰਾਂਗੇ। ਕੱਲ੍ਹ ਵੀ ਕਰਾਂਗੇ, ਕੱਲ੍ਹ ਵੀ ਬੈਠਕ ਬੁਲਾਈ ਗਈ ਹੈ, ਕੱਲ੍ਹ ਵੀ ਸਾਰੇ ਅਸੀਂ ਬੈਠਕ ਬੁਲਾਈਏ, ਸਾਰਾ ਅਸੀਂ ਬਿਲਕੁਲ ਸਾਡੇ ਵਿਹਲੇ ਹਾਂ 3 ਮਹੀਨੇ ਜੀ, ਸਾਡੇ ਕੋਲ ਅਗਰ ਜੁਲਾਈ ਅਗਸਤ ਸਤੰਬਰ 3 ਮਹੀਨੇ ਫਰੀ ਹੈ, ਇਹਨਾਂ ਜੋ ਗਏ ਹਾਂ ਅਸੀਂ, ਜਿਹਨਾਂ ਕੋਲ ਪੈਸੇ ਲੈਣੇ ਨੇ ਪੁਰਾਣੇ ਅਸੀਂ, ਭਾਵੇਂ ਉਹ ਗੁਰੂ ਨਾਨਕ ਰਾਇਸ਼ ਮਿਲ ਹੈ, ਭਾਵੇਂ ਉਹ ਸਾਈਂ ਰਾਮ ਐਗਰੋ ਹੈ, ਅਤੇ ਭਾਵੇਂ ਉਹ ਆਰਮੀ ਵਾਲਾ ਹੈ, ਭੱਜਿਆ ਫਿਰੇ ਕਿੱਧਰ ਭੱਜਦਾ ਹੈ ਜੀ, ਹੈ ਜੀ, ਪਾਣੀਪਤ ਜਾਂਦਾ ਤਾਂ ਪਾਣੀਪਤ ਕਰਨਾਲ ਜਾਏਗਾ ਤਾਂ ਕਰਨਾਲ ਨੂੰ ਛੱਡਣਾ ਨਹੀਂ, ਅਸੀਂ ਪੈਸੇ ਉਹਦੇ ਕੋਲ ਲੈ ਕੇ ਚੱਲਾਂਗੇ। ਔਰ ਜਿਹੜੇ ਵੀ ਹੋਰ ਸ਼ੈਲਰ ਵਾਲੇ ਹੈਗੇ ਨੇ ਜਿਨ੍ਹਾਂ ਨੇ ਪੈਸੇ ਦੇਣੇ ਨੇ ਮੰਡੀ ਦੇ, ਅਸੀਂ ਕਿਸੇ ਨੂੰ ਨਹੀਂ ਬਖਸ਼ਣਾ, ਸਭ ਕੋਲ ਲੈਣੇ। ਇਹ ਮੇਰੀ ਪ੍ਰਧਾਨਗੀ ਦਾ ਤਾਂ ਹੀ ਹੈ ਜੇ ਮੈਂ ਲੋਕਾਂ ਦੇ ਪੈਸੇ ਕਢਾ ਕੇ ਦਿਆਂ, ਤਾਂ ਜੇ ਮੈਂ ਲੋਕਾਂ ਦੇ ਪੈਸੇ ਹੀ ਨਾ ਕਢਾ ਕੇ ਦਿਆਂ ਤਾਂ ਮੈਂ ਫਿਰ ਕਿਆ ਪ੍ਰਧਾਨ? ਪਿਛਲੀ ਟਰਮ ਦੇ ਵਿੱਚ ਵੀ ਪੈਸੇ ਰਿਕਵਰੀ ਕੀਤੇ, ਅਸੀਂ 16 ਕਰੋੜ ਰੁਪਇਆ ਉਗਾੜ ਕੀਤਾ ਜੀ ਮੰਡੀ। ਟੋਟਲ ਰਕਮ ਕਿੰਨੀ ਹੈ ਜੇ ਮੰਡੀ ਦੀ? ਅਜੇ ਵੀ ਕਾਫੀ ਸਾਡਾ 8-10 ਕਰੋੜ ਰੁਪਇਆ ਅਜੇ ਵੀ ਖੜ੍ਹਾ।